ਮੇਰੇ ਹਜ਼ੂਰ ਫਰਮਾਉਂਦੇ ਨੇ ਮੂਮਨ ਤੇ ਮੁਨਾਫਕ ਵਿੱਚ ਵੰਡ ਕਰਨੀ ਹੋਵੇ ਉੱਥੇ ਮੇਰੇ ਵੀਰ ਅਲੀ ਦੀ ਗੱਲ ਕਰਿਆ ਸ਼ਾਹ ਹੈ ਮਰਦਾ ਹੁਣ ਮੰਨਣ ਵਾਲਾ ਕਿਹੜਾ ਹੈ ਕਾਰੀ ਸਾਹਿਬ ਇਹ ਪਿੰਡ ਸ਼ੇਰੇ ਯਜ਼ਦਾ ਦੋ ਵੱਜ ਕੇ 43 ਮਿੰਟ ਨੇ ਦੋ ਵੱਜ ਕੇ 43 ਮਿੰਟ ਨੇ इस वेले या आसमान ते सितारे जागदे ने या जमीन ते अल्लाह दे प्यारे जागदे पए ने जिन्हें खून च गर्मी है अल्लाह दा प्यारा होके नामे अली ते एक वारी हाथ चुक के बोले शाहे मर्दा तू अदे सारे 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 ਪੰਚਾਇਤੀ ਲੋਕ ਹੋ ਤੁਸੀਂ ਪਰਿਆਂ ਚ ਬਹਿ ਕੇ ਬੜੀਆਂ ਠੋਕ ਵਜਾ ਕੇ ਗੱਲਾਂ ਕਰਦੇ ਹੋ ਮੇਰੇ ਹਜ਼ੂਰ ਫਰਮਾਨ ਲੱਗੇ ਮੈਂ ਇਲਮ ਦਾ ਸ਼ਹਿਰ ਵਾਂ ਤੇ ਅਲੀ ਦਰਵਾਜ਼ਾ ਹੈ ਇੱਕ ਯਹੂਦੀ ਨੇ ਸੋਚਿਆ ਜੀ ਅਲੀ ਇਲਮ ਦਾ ਦਰਵਾਜ਼ਾ ਹੈ ਤੇ ਮੈਂ ਅਲੀ ਦਾ ਇਲਮ ਚੈੱਕ ਕਰਾਂ ਮੇਰੇ ਮੌਲਾ ਨਮਾਜ਼ ਪੜਨ ਜਾ ਰਹੇ ਨੇ ਇੱਕ ਪੈਰ ਮਸਜਿਦ ਵਿੱਚ ਇੱਕ ਬਾਹਰ ਯਹੂਦੀ ਕਹਿਣ ਲੱਗਾ ਲਈ ਪਹਿਲੇ ਮੇਰੇ ਸਵਾਲ ਦਾ ਜਵਾਬ ਦੇਣਾ ਫਿਰ ਨਮਾਜ਼ ਪੜ੍ਹਨਾ ਉਹਦੇ ਜ਼ਿਹਨ 'ਚ ਖਿਆਲ ਸੀ ਮੈਂ ਅਲੀ ਨੂੰ ਸਵਾਲ ਪੁੱਛਾਂਗਾ ਅਲੀ ਸਵਾਲ ਚੁਲਾ ਜਾਏਗਾ ਨਮਾਜ਼ ਰਹਿ ਜਾਏਗੀ ਜਿਨ੍ਹਾਂ ਨੂੰ ਪੜਾਇਆ ਮੁਸਤਫਾ ਨੇ ਹੋਵੇ ਉਹਨਾਂ ਦੀਆਂ ਨਮਾਜ਼ਾਂ ਨਹੀਂ ਰਹਿੰਦੀਆਂ ਆ ਤੁਸੀਂ ਪਿੰਡ ਵਾਲਿਓ ਘਰ ਬਣਾਇਆ ਏ ਇਹ ਬਣਾਉਣਾ ਮਕਸੂਦ ਨਹੀਂ ਇਹਨੂੰ ਆਬਾਦ ਕਰਨਾ ਮਕਸੂਦ ਏ ਮੈਂ ਸਾਰੇ ਪੂਰੇ ਪਿੰਡ ਵਾਲਿਆਂ ਦੀ ਹੱਥ ਜੋੜ ਕੇ ਮਿੰਤ ਕਰਨਾ ਜੇ ਬਣਾਇਆ ਜੇ ਤੇ ਇਹਨੂੰ ਵਸਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਏ ਮੇਰੇ ਮੌਲਾ ਫਰਮਾਨ ਲੱਗੇ ਤੇਰਾ ਸਵਾਲ ਕੀ ਏ ਉਹਨੇ ਅਰਜ਼ ਕੀਤੀ ਅਲੀ ਦੱਸੋ ਕਿਹੜੇ ਜਾਨਵਰ ਬੱਚੇ ਦਿੰਦੇ ਨੇ ਕਿਹੜੇ ਜਾਨਵਰ ਆਂਡੇ ਦਿੰਦੇ ਨੇ ਉਹਦੇ ਜ਼ਿਹਨ 'ਚ ਖਿਆਲ ਸੀ ਅਲੀ ਸਵਾਲ ਚੁਲ ਜਾਏਗਾ ਨਮਾਜ਼ ਰਹਿ ਜਾਏਗੀ ਮੇਰੇ ਮੌਲਾ ਫਰਮਾਨ ਕੇ ਕੀ ਪੁੱਛਿਆ ਉਹਨੇ ਕਿਹਾ ਅਲੀ ਦੱਸੋ ਕਿਹੜੇ ਜਾਨਵਰ ਬੱਚੇ ਦਿੰਦੇ ਨੇ ਕਿਹੜੇ ਜਾਨਵਰ ਆਂਡੇ ਦਿੰਦੇ ਨੇ ਆ ਫਰਮਾਨ ਕੇ ਜਿਨ੍ਹਾਂ ਦੇ ਕੰਨ ਬਾਹਰ ਹੁੰਦੇ ਨੇ ਉਹ ਬੱਚੇ ਦਿੰਦੇ ਨੇ ਜਿਨ੍ਹਾਂ ਦੇ ਕੰਨ ਅੰਦਰ ਹੁੰਦੇ ਨੇ ਉਹ ਆਂਡੇ ਦਿੰਦੇ ਨੇ ਤੂੰ ਲਿਸਟ ਬਣਾ ਲੈ ਮੈਂ ਜ਼ਰਾ ਨਮਾਜ਼ ਪੜਿਆ ਵਾਂ ਹੁਣ ਵੀ ਨਹੀਂ ਹੱਥ ਚੁੱਕ ਕੇ ਬੋਲੇਗਾ ਉੱਚੀ ਜ਼ਾਤੇ ਅਲੀ ਦੀ ਏ ਅਲੀ ਅਲੀ ਉੱਚੀ ਜ਼ਾਤੇ ਅਲੀ ਦੀ ਅਲੀ ਅਲੀ ਹਕ ਅਲੀ ਉੱਚੀ ਜ਼ਾਤੇ ਅਲੀ ਦੀ ਅਲੀ ਵਾਲਾ ਅਲੀ ਵਾਲਾ ਉੱਚੀ ਜ਼ਾਤੇ ਅਲੀ ਦੀ ਅਲੀ 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 ਉੱਚੀ ਜ਼ਾਤੇ ਅਲੀ ਦੀ ਅਲੀ ਜਿੰਦਗੀ ਕਿਸੇ ਦੀਵੀ ਨਾ 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 ਅਲੀ ਜੀ ਭਾਈ ਆ ਜ਼ਫਰ ਭਾਈ ਖੁਦ ਵੀ ਨਕੀਬ ਨੇ ਤੇ ਮੈਨੂੰ ਫਰਮਾਇਸ਼ ਬਾਰ-ਬਾਰ ਕਰ ਰਹੇ ਨੇ ਉਹ ਗੱਲ ਕਰੀਏ ਮੈਦਾਨ ਦੇ ਵਿੱਚ ਬਹਿ ਕੇ ਘਰ ਅੱਗੇ ਚੂਹਾ ਵੀ ਸ਼ੇਰ ਹੁੰਦਾ ਜਿਨਸਾਂ ਜਿਨਸਾਂ ਵਿੱਚ ਫਰਕ ਹੁੰਦਾ ਅੰਬ ਅੰਬ ਹੁੰਦਾ ਬੇਰ ਬੇਰ ਹੁੰਦਾ ਗਿੱਦੜ ਖੁੱਲਾ ਵੀ ਰਵੇ ਤੇ ਰਵੇ ਗਿੱਦੜ ਸ਼ੇਰ ਪਿੰਜਰੇ ਦੇ ਅੰਦਰ ਵੀ ਸ਼ੇਰ ਹੁੰਦਾ ਅਜਮਲ ਮੌਲਾ ਅਲੀ ਦਾ ਮਾਰ ਨਾਰਾ ਕਦੀ ਮੁਸ਼ਕਲਾਂ ਵਿੱਚ ਨਹੀਂ ਦੇਰ ਉੱਚੀ ਜ਼ਾਤੇ ਅਲੀ ਦੀ ਏ ਅਲੀ ਅਲੀ ਉੱਚੀ ਜ਼ਾਤੇ ਅਲੀ ਅਲੀ ਹਕ ਅਲੀ ਉੱਚੀ ਜ਼ਾਤੇ ਅਲੀ ਦੀ ਅਲੀ ਅਲੀ ਹਕ ਅਲੀ ਉੱਚੀ ਜ਼ਾਤੇ ਅਲੀ ਦੀ ਏ ਕਾਇਨਾਤ ਅਲੀ ਦੀ ਸਭ ਕਹਿ ਰਹੇ ਨੇ ਇਹੀ ਸ਼ੇਰ ਫਿਰ ਇੱਕ ਵਾਰੀ ਕਹਿ ਦਿਓ ਗੱਲ ਕਰੀਏ ਮੈਦਾਨ ਦੇ ਵਿੱਚ ਬਹਿ ਕੇ ਘਰ ਅੱਗੇ ਚੂਹਾ ਵੀ ਸ਼ੇਰ ਹੁੰਦਾ ਜਿਨਸਾਂ ਜਿਨਸਾਂ ਵਿੱਚ ਫਰਕ ਹੁੰਦਾ ਅੰਬ ਅੰਬ ਹੁੰਦਾ ਬੇਰ ਬੇਰ ਹੁੰਦਾ ਗਿੱਦੜ ਖੁੱਲਾ ਵੀ ਰਵੇ ਤੇ ਰਵੇ ਗਿੱਦੜ ਸ਼ੇਰ ਪਿੰਜਰੇ ਦੇ ਅੰਦਰ ਵੀ ਸ਼ੇਰ ਹੁੰਦਾ ਅਜਮਲ ਮੌਲਾ ਅਲੀ ਦਾ ਮਾਰ ਨਾਰਾ ਕਦੀ ਮੁਸ਼ਕਲਾਂ ਵਿੱਚ ਨਹੀਂ ਦੇਰ ਹੁੰਦਾ ਅਲੀ ਹੱਕ ਅਲੀ ਸੱਚ ਅਲੀ ਸੱਚ ਅਲੀ ਹੱਕ 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 ਮੈਂ ਮਾਈਕ ਛੱਡਣ ਲੱਗਾ ਮੈਂ ਮਾਈਕ ਕਾਰੀ ਸਾਹਿਬ ਨੂੰ ਦੇਣ ਲੱਗਾ ਮੈਂ ਤੁਹਾਡੇ ਸ਼ੌਕ ਨੂੰ ਸਲਾਮ ਕਰਨਾ ਤੁਹਾਡੇ ਮਾਪੇ ਨੂੰ ਵੀ ਸਲਾਮ ਕਰਨਾ ਜਿਨੇ ਹਲਾਲੀ ਪੁੱਤਰ ਪੈਦਾ ਕੀਤੇ ਨੇ ਜਿਹੜੇ ਅਲੀ ਦੇ ਨਾਮ ਤੇ ਹੱਥ ਚੁੱਕ ਕੇ ਬੋਲਦੇ ਨੇ ਅਲੀ ਸੱਚ ਅਲੀ ਹੱਕ 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 ਜੀਣਾ ਝੂਠ ਜੀਣਾ ਝੂਠ ਜੀਣਾ ਝੂਠ ਮਰਨਾ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਅਲੀ ਸੱਚ ਅਲੀ ਹੱਕ ਜੇ ਅਦਨਾਨ ਭਾਈ ਫੈਰੀ
कोई एम पी एम एल ए उनके जलसों च हाथ चुक चुके नारे मार दियो ताकि वो राजी हो जाए। तुसी बंदे नू बंदे दे नारे मार सकते हो कि नामे अली राजी करने वास्ते हाथ चुके नहीं कह सकते अली हक अली सच 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 बदलाती है ये जाबे में मौजूद चराने अली हक अली सच अली हक एक जुमला एक जुमला और मेरा आखिरी जुमला है। ये जुमला फेसबुक ते टिकटॉक ते बड़ा मशहूर है। कोई माने अली कोई माने अली अली तबी अली है कोई ना माने अली अली तबी अली है। तेरे मानने से अली बढ़ता नहीं तेरे ना मानने से अली घटता नहीं। सारी दुनिया अली को छोड़ दे अली का जाता कुछ नहीं किसे अली छोड़ दे उसका रहता कुछ नहीं। अली हक अली सच 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 साबे लाजत है अली हक अली सच 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 साबे लाजत है बस जिद शहादत अली वर्ग की से अली हक अली सच अली हक अली सच अली हक अली सच अली हक अली सच अली हक। बहुत शुक्रिया। गुलाम अब्बास साहब कह रहे हैं पूरी कमेटी वालों ये अगले साल यही महफिल 15 अक्टूबर वाले दिन होवेगी। जे चाहते हो कि जिंदगी रब दवे तो अगले साल भी मैं इत्थे बह के यही गल कवां अज हाथ चुक के अली हक अली सच 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 मैनू कसम खुदा ने मजीद दिए अली हक अली हक भाई अल्लाह दे हरफ चार मोहम्मद दे हरफ चार रसूल दे हरफ चार बतूल दे हरफ चार मौला दे हरफ चार अस्कर दे हरफ चार अकबर दे हरफ चार मूसा दे हरफ चार कलीम दे हरफ चार अब्बास दे हरफ चार मशरक दे हरफ चार मगरब दे हरफ चार शुमाल दे हरफ चार जनूब दे हरफ चार शर्मा दे हरफ चार गर्मा दे हरफ चार खिजां दे हरफ चार बहार दे हरफ चार अब्बास दे हरफ चार उमरा दे हरफ चार खिताब दे हरफ चार कोने दे काबे दे कोने चार तेरे मेरे दिल दे खाने चार अल्लाह दी मौत पर किताबा चार अल्लाह दे मौत पर फिश्ते चार मेरे आका दी बेटियां भी चार मेरे आका दे यार भी चार या अल्लाह जड़ा उठ के लावे नारा आज कर दे उंदा बेड़ा पार। अली हक अली सच 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 अली हक सच अली हक अली सच अली हक अली सच अली हक बहुत शुक्रिया। सच अली वर्ग जमाने ते कोई पीर दिखा मैनो। बड़ी मेहरबानी। कोई है दीवाना पंडाल विच जिहड़ा नारा लावे लाओ नारा। अदनान भाई इंशाल्लाह।
इधरों पता लगता है कि महफिल मदीने पहुंच गई है कि इधर पासे वाले भी मदीने बैठे ने कराची के एयरपोर्ट पर बैठे ने हुण तुसी नारा ला के दसना है। ते अगलिया सीटा वाले भी बैठे ने कि नहीं बैठे, लाओ नारा या अल्लाह गवाह हो जा जिहड़ा इस वेले तेरा करम मंगता है अज महफिल चो खाली ना जान दई सानू वास्ते नू वास्ते नबी दे चेहरे दा जिहड़ा हुण नारा लावे उंदे चेहरे ते इन्ना नूर आवे कल पिंड दी गली चो लंघे लोग चेहरा वेख के पछाण जाण और नबी दा नौकर जा रहा है। नारा तकबीर, नारा रिसालत, नारा तहकीक, बोलो हक चार यार, नारा तहकीक, नारा हैदरी, नारा हैदरी, अल्लाह मोहम्मद चार यार, हाजी ख्वाजा कुतुब फरीद। हाजरीन गिरामी गिरामी इज्जत माफ, बहुत शुक्रिया स्टेज पर आप, बहुत शुक्रिया आपने मेरा साथ दिया, अल्लाह मेरे नाल ही मदीने ले जाए, आमीन। तो तुहाडे नाल कतरे के मुकद्दर में समंदर नहीं आया, शकील साहब बोलो 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 सखी सरदार कलंदर, बाबा जी का जौक वेख लो ते अपनी आवाज वेख लो, एक बार फिर मारो नारा, बोलो 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 सखी सरदार कलंदर। चंगी मंदी सजना कोलो सहवारी हो जाती, हाँ जी दर दर से जो मांगे वो तवंगर नहीं होता, हर साहिब सरवर सिकंदर नहीं होता, हाकिम तो ये कहता है कि दौलत का पुजारी जैसा भी हो लेकिन वो कलंदर नहीं होता। कारी शाह महमूद कादरी साहब सुम्मा अल्हम्दुलिल्लाह, आप दोस्त जो पीछे पीछे खड़े हैं करीब आ जाएं ताकि जौक से बैठ जाएं। अब महफिल अरूज पर पहुंची है और मजीद महफिल को अरूज देने के लिए शहर साहिबाल की आलमी शोहरत की हामिल शख्सियत किसी तारुफ और हवाले के मोहताज नहीं, अलहाज कारी शाह महमूद कादरी साहब, आप बड़ी मोहब्बत के साथ खसूसी दावत पर महफिल में तशरीफ लाए। जितने रजिस्टर शकीद ने उन्होंने माइक दे दो जी, बिस्मिल्लाह। हसन भैया इधर आ जाओ, बैठो तशरीफ रखो सारे दोस्त, बेटे बच्चे पीछे हो जाओ। मैं अपने वालों भाई पूरी इंतजामिया का शुक्र गुजार भी हाँ, पूरी कमेटी वाले के नामों को मैं वाकफियत नहीं, लेकिन मेरी दुआ है अल्लाह सारी कमेटी को सलामत रखे। हर साल आका दी महफिल 15 अक्तूबर को उन्होंने किरान का जेन बनाया है, अल्लाह इन्हों तौफीक दे हर साल ये महफिल सजदी रहे, आका दे नौकर आते रहन, यार जिंदा सोबत बाकी, बहुत शुक्रिया अल्लाह साडा आना कबूल फरमाए। कारी साहब अपनी हाजिरी हूँ जिथे महफिल मैं छड़ी है ना, कारी साहब ने उतों उथे लै जानी है, जानी है कि नहीं जानी, पर तुसी एक बार हाथ चुके दसो कि असी तुहाडे नाल मदीने जाना है, जिन्हें घर जाना हाथ ना चुके, जिन्हें मदीने जाना जरा हाथ चुक के मिल के मेरे वीर दे नाल नारा फिर एक बार दीवाना नारा लाओ, या अल्लाह जरा नारा लावे मदीने का बुलावा तो जो भी आना आना है, जरा नारा लावे वह अज रात घर जाए अख लगे उन्होंने कमली वाले की ज्यारत ही हो जाए।